ਹਾਂਜੀ, ਥਾਲਾ ਥਾਣਾ ਜੀਤਵਾਲ ਦੇ ਪਿੰਡ ਚੂੜਚੱਕ ਦਾ ਇੱਕ ਜਗਰੂਪ ਸਿੰਘ ਉਰਫ ਯੂਪੀ ਪੁੱਤਰ ਹਰੀ ਸਿੰਘ, ਇਹ ਨਸ਼ਿਆਂ ਦੀ ਕਾਫੀ ਸਮਗਲਿੰਗ ਕਰਦਾ ਸੀ, ਇਸ ਟਾਈਮ ਜੇਲ੍ਹ ਦੇ ਵਿੱਚ ਹੈ। ਇੱਥੇ 14 ਮੁਕੱਦਮੇ ਦਰਜ ਆ ਸਮਗਲਿੰਗ ਦੇ। ਇਹਦੀ ਕੋਠੀ ਜਿਹੜੀ ਇਹਨੇ ਨਸ਼ਿਆਂ ਦੀ ਸਮਗਲਿੰਗ ਕਰਕੇ ਲਗਭਗ 61 ਲੱਖ ਰੁਪਏ ਦੀ ਕੀਮਤ ਆ ਉਹਦੀ ਕੋਠੀ ਦੀ ਆਲੀਸ਼ਾਨ ਕੋਠੀ ਬਣਾਈ ਸੀ। ਉਹਦੇ ਅਸੀਂ SSP ਸਾਹਿਬ ਅਤੇ ਹੋਰ ਸੀਨੀਅਰ ਅਫਸਰ ਦੀਆਂ ਹਦਾਇਤਾਂ ਅਨੁਸਾਰ ਕੇਸ ਨੂੰ ਜਿਹੜਾ ਹੈਗਾ ਇਹ ਪ੍ਰੋਪਰਟੀ ਫਰੀਜ਼ ਕਰਨ ਵਾਸਤੇ ਕੇਸ ਤਿਆਰ ਕਰਕੇ ਭੇਜਿਆ ਸੀਗਾ। ਉਹ ਉੱਥੋਂ ਅਟੈਚਮੈਂਟ ਦੇ ਆਰਡਰ ਆਏ ਨੇ ਪ੍ਰੋਪਰਟੀ ਅਟੈਚ ਕਰਨ ਵਾਸਤੇ, ਉਹ ਅਸੀਂ ਇਹਨਾਂ ਦੇ ਗੇਟ ਦੇ ਉੱਤੇ ਚਿਪਕਾਏ ਆ ਜੀ। ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਜੀ? ਜੀ ਦੱਸ ਦਿੱਤਾ ਗਿਆ ਜੀ। ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀਗਾ ਜੀ? ਇਹਦੇ 'ਤੇ 2002 ਤੋਂ ਪਹਿਲਾਂ ਮੁਕੱਦਮਾ ਦਰਜ ਹੋਇਆ ਜੀ, ਉਹ ਲਾਸਟ ਇਹਦੇ 2023 'ਚ ਮੁਕੱਦਮਾ ਦਰਜ ਹੋਇਆ ਸੀ। ਇਹ ਲਗਾਤਾਰ ਹੀ ਜਿਹੜਾ ਉਸ ਟਾਈਮ ਤੋਂ 2002 ਤੋਂ ਲਗਾਤਾਰ ਸਮਗਲਿੰਗ ਕਰ ਰਿਹਾ ਜੀ। ਮੁਕੱਦਮਾ ਕਿੰਨੇ ਦਰਜ ਹੈ? ਕਿੰਨੇ ਮੁਕੱਦਮਾ ਦਰਜ ਹੈ ਜੀ ਇਹਨਾਂ ਦੇ ਪਹਿਲਾਂ? ਇਹਦੇ 14 ਮੁਕੱਦਮੇ ਦਰਜ ਹੈ ਜੀ, ਇਹਦੇ ਵਿੱਚੋਂ 4 ਦੇ ਵਿੱਚ ਸਜ਼ਾ ਹੋ ਚੁੱਕਿਆ ਜੀ। ਰੀਸੈਂਟਲੀ ਵੀ ਸਜ਼ਾ ਹੋਈ ਹੈ? ਹਾਂਜੀ, ਹੁਣੇ ਇਹਨਾਂ ਨੂੰ ਇੱਕ ਸਜ਼ਾ ਹੋਈ ਹੈ ਮੁਕੱਦਮੇ ਦੇ ਵਿੱਚ ਜੀ, ਮੁਕੱਦਮਾ ਨੰਬਰ 28/21 ਹੈ। 30/10/23 ਨੂੰ ਤਾਜ਼ਾ ਹੁਣੇ ਸਜ਼ਾ ਹੋਈ ਹੈ, 10 ਸਾਲ ਕੈਦ, 1 ਲੱਖ ਰੁਪਏ ਜੁਰਮਾਨਾ ਜੀ। ਅਟੈਚ ਪ੍ਰੋਪਰਟੀ ਅਟੈਚ ਦੀ ਕਾਰਵਾਈ ਕੀਤੀ ਗਈ ਜੀ? ਜੀ ਹਾਂਜੀ, ਪ੍ਰੋਪਰਟੀ ਅਟੈਚਮੈਂਟ ਦੀ ਕਾਰਵਾਈ ਕੀਤੀ ਗਈ ਜੀ। ਇਸ ਤੋਂ ਅਗਲਾ ਕਦਮ ਕੀ ਹੋਏਗਾ? ਇਸ ਤੋਂ ਅਗਲਾ ਜੀ 45 ਦਿਨਾਂ ਬਾਅਦ ਜਿਹੜਾ ਇਹਨੂੰ ਫਰੀਜ਼ ਦੇ ਆਰਡਰ ਆਉਣਗੇ, 45 ਦਿਨ ਇਹਨਾਂ ਵਾਸਤੇ ਅਪੀਲ ਪਾਉਣ ਦਾ ਟਾਈਮ ਹੈ ਜੀ। ਸਰ ਕੀ ਅਪੀਲ ਕਰੋਗੇ ਹਜੇ ਵੀ ਜਿਹੜੇ ਨਸ਼ੇ ਦੇ ਸਦਾਗਰ ਹਜੇ ਵੀ ਜਿਹੜੇ ਨਸ਼ੇ ਨੂੰ ਕਾਰੋਬਾਰ ਕਰ ਰਹੇ? ਦੇਖੋ ਜੀ, ਪੁਲਿਸ ਜਿਹੜੀ ਹੈ ਨਸ਼ਿਆਂ ਦੇ ਖਾਤਮੇ ਵਾਸਤੇ ਬਹੁਤ ਤਤਪਰ ਹੈ, ਦਿਨ ਰਾਤ ਲੱਗੀ ਹੋਈ ਹੈ। ਲੋਕਾਂ ਤੋਂ ਅਸੀਂ ਸਹਿਯੋਗ ਮਿਲ ਵੀ ਰਿਹਾ, ਹੋਰ ਵੀ ਉਮੀਦ ਕਰਦੇ ਹਾਂ। ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਮੈਂ ਲਗਭਗ ਜੁਲਾਈ ਤੋਂ ਇੱਥੇ ਆਇਆ, ਅਤੇ ਪਹਿਲਾਂ ਇੱਥੇ ਕਾਫੀ ਨਸ਼ੇ ਜਿਹੜੇ ਚੂੜਚੱਕ ਪਿੰਡ ਦੇ ਵਿੱਚ ਵਿਖਦੇ ਸੀ, ਇਸ ਟਾਈਮ ਅੱਜ ਤੁਹਾਡੇ ਪਿੰਡ ਵਾਲੇ ਹੈਗੇ, ਤੁਸੀਂ ਆਪ ਬੈਠ ਲੈ ਸਕਦੇ ਹੋ। ਇਸ ਟਾਈਮ ਪਿੰਡ ਵਾਲੇ ਰਾਹਤ ਮਹਿਸੂਸ ਕਰਦੇ ਆ ਵੀ ਸ਼ੁਕਰ ਆ ਸਾਡੇ ਪਿੰਡ 'ਚੋਂ ਵੀ ਕਿਤੇ ਚਿੱਟਾ ਖਤਮ ਹੋਇਆ ਜੀ। ਮਤੇ ਕੀ ਨਾਮ ਹੈ ਤੁਹਾਡਾ? ਮੇਰਾ ਪਿਆਰ। ਮਤਾ ਜੀ, ਪੁਲਿਸ ਨੋਟਿਸ ਚਿਪਕਾ ਕੇ ਗਈ ਹੈ, ਕਹਿੰਦੀ ਪ੍ਰੋਪਰਟੀ ਡੀਜ ਕੀਤੀ ਹੈ ਤੁਹਾਡੀ। ਅੱਛਾ, ਰੋਟੀ ਫਿਰ ਮੈਂ 4-4 ਮਹੀਨਾ ਪਾ ਦਿੱਤੀ ਗਈ ਹੈ, ਅਤੇ ਨਾ ਖੇਤੀ 5 ਕਿਤੇ ਕਰ ਦਿੱਤੀ, ਠੇਕੇਦਾਰ ਦੀ ਮੈਂ ਪਲਾਈ ਕਰਦੀ ਸੀ, ਅਤੇ ਨਾਲ ਫਿਰ ਮੈਂ ਬੋਹੇ ਕੁੜੇ ਵੀ ਸਾਰੀ ਦਿਹਾੜੀਆਂ ਵੀ ਜਾਂਦੀ ਸੀ, ਅਤੇ ਮੇਰੀ ਕਮਾਈ ਘਰੇ ਹੀ ਆ। ਅਤੇ ਫਿਰ ਮੇਰੇ ਬੰਦੇ ਨੇ ਰਲ ਕੇ, ਮੈਂ 5 ਸਾਲ ਜੱਟਾਂ ਦੇ ਘਰੇ ਰਹੀ ਹਾਂ, ਅਤੇ ਜੱਟਾਂ ਨੇ ਫਿਰ ਮੈਨੂੰ ਥਾਂ ਲੈ ਕੇ ਦਿੱਤਾ, 15 ਮਰਲੇ ਅਤੇ 1500 ਸਾਰੀਆਂ। ਇਹਦੇ ਵਿੱਚ ਮੇਰੀ ਬਹੁਤ ਮਿਹਨਤ ਆ, ਮੇਰੇ ਘਰ ਵਾਲੇ ਦੀ ਬਹੁਤ ਕਮਾਈ ਆ, 90 ਸਾਲ ਦਾ ਮੇਰੇ ਘਰ ਆ, 80 ਸਾਲ ਦੀ ਮੈਂ ਆ। ਤੁਹਾਡੇ ਘਰ ਵਾਲੇ ਕੀ ਕਰਦੇ ਨੇ ਜੀ? ਘਰ ਵਾਲੇ ਮੇਰਾ ਖੇਤੀ ਕਰਦਾ ਸੀ, ਨਾਲ ਮੈਂ ਰਹਿੰਦਾ ਸੀ। ਉਹ ਪਹਿਲੀ ਫਿਰ ਪਈ ਸੀ, ਉਹ ਮੈਨੂੰ ਬੀਜ ਕੇ ਦਿੰਦਾ ਸੀ, ਪਾਣੀ ਮੈਂ ਆਪ ਦਿੰਦੀ ਸੀ, ਸਾਰਾ ਜਾਂਦਾ ਇਹ ਵੱਢਣ ਮੌਕੇ ਜਾਂਦਾ ਸੀ। ਮੁੰਡੇ ਕਿੰਨੇ ਤੁਹਾਡੇ? ਮੁੰਡੇ ਕਿੰਨੇ? ਹਾਂਜੀ, ਮੁੰਡੇ ਕਿੰਨੇ? ਮੁੰਡੇ ਮੇਰੇ 3। ਅਤੇ ਜਿਹੜਾ ਇੱਕ ਨਸ਼ੇ ਦਾ ਕਹਿ ਰਹੇ ਆ ਕਿ ਨਸ਼ੇ ਦੇ ਵਿੱਚ ਅੰਦਰ ਆ, ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਹੈ? ਇਹ ਉਹਨੇ ਕੰਮ ਨਹੀਂ ਨਸ਼ੇ ਦਾ ਕੰਮ ਕੀਤਾ, ਇਹ ਤਾਂ ਆ ਕੋਈ ਸਰਪੰਚ ਜੀ ਕੱਢ ਗਿਆ, ਕਿਸੇ ਨੂੰ ਜਿਤਾ ਤਾ, ਇਹ ਉਹਦੇ ਵਿੱਚ ਸਾਨੂੰ ਇਹ ਫਸਾ ਰਹੇ ਹੁਣ। ਅੱਜ ਪੁਲਿਸ ਨੇ ਨੋਟਿਸ ਲਗਾਇਆ, ਕਦ ਲਗਾਇਆ ਮਾਤਾ ਨੋਟਿਸ? ਸਰ ਕੋਈ ਨਹੀਂ, ਫਿਰ ਲਗਾਇਆ ਤਾਂ ਫਿਰ ਉਹਦੀ ਉਹਨਾਂ ਦੀ ਸਰਕਾਰ ਦੀ ਮਰਜ਼ੀ। ਤੁਸੀਂ ਹੁਣ ਕੀ ਅਪੀਲ ਕਰੋਗੇ ਅੱਗੇ? ਕਿਵੇਂ ਅਪੀਲ ਕਰੋਗੇ ਅੱਗੇ? ਹੋਰ ਫਿਰ ਹੁਣ ਕੀ ਕਰਾਂਗੇ, ਜਿਹੜਾ ਕੁਛ ਸਾਡੇ ਕੋਲ ਸੋਝੀ ਦਿੱਤੀ ਵਕੀਲ ਨੇ ਉਹ ਸੀ। ਮੁੰਡਾ ਕਰਦਾ ਹੀ ਨਸ਼ੇ ਦਾ ਕੰਮ ਕਹਿੰਦੇ? ਨਹੀਂ ਕਰਦਾ ਸੀ, ਨਹੀਂ ਕਰਦਾ ਸੀ, ਥਾਣਾ ਜੀਤਵਾਲ ਦੇ ਪਿੰਡ ਚੂੜਚੱਕ ਦਾ ਇੱਕ ਜਗਰੂਪ ਸਿੰਘ ਉਰਫ ਯੂਪੀ ਪੁੱਤਰ ਹਰੀ ਸਿੰਘ, ਇਹ ਨਸ਼ਿਆਂ ਦੀ ਕਾਫੀ ਸਮਗਲਿੰਗ ਕਰਦਾ ਸੀ, ਇਸ ਟਾਈਮ ਜੇਲ੍ਹ ਦੇ ਵਿੱਚ ਹੈ। ਇੱਥੇ 14 ਮੁਕੱਦਮੇ ਦਰਜ ਆ ਸਮਗਲਿੰਗ ਦੇ। ਇਹਦੀ ਕੋਠੀ ਜਿਹੜੀ ਇਹਨੇ ਨਸ਼ਿਆਂ ਦੀ ਸਮਗਲਿੰਗ ਕਰਕੇ ਲਗਭਗ 61 ਲੱਖ ਰੁਪਏ ਦੀ ਕੀਮਤ ਆ ਉਹਦੀ ਕੋਠੀ ਦੀ, ਆਲੀਸ਼ਾਨ ਕੋਠੀ ਬਣਾਈ ਸੀ। ਉਹਦੇ ਅਸੀਂ SSP ਸਾਹਿਬ ਅਤੇ ਹੋਰ ਸੀਨੀਅਰ ਅਫਸਰ ਦੀਆਂ ਹਦਾਇਤਾਂ ਅਨੁਸਾਰ ਕੇਸ ਨੂੰ ਜਿਹੜਾ ਹੈਗਾ ਇਹ ਪ੍ਰੋਪਰਟੀ ਫਰੀਜ਼ ਕਰਨ ਵਾਸਤੇ ਕੇਸ ਤਿਆਰ ਕਰਕੇ ਭੇਜਿਆ ਸੀਗਾ। ਉਹ ਉੱਥੋਂ ਅਟੈਚਮੈਂਟ ਦੇ ਆਰਡਰ ਆਏ ਨੇ ਪ੍ਰੋਪਰਟੀ ਅਟੈਚ ਕਰਨ ਵਾਸਤੇ, ਉਹ ਅਸੀਂ ਇਹਨਾਂ ਦੇ ਗੇਟ ਦੇ ਉੱਤੇ ਚਿਪਕਾਏ ਆ ਜੀ। ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਜੀ? ਜੀ ਦੱਸ ਦਿੱਤਾ ਗਿਆ ਜੀ।
ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀਗਾ ਜੀ? ਇਹਦੇ 'ਤੇ 2002 ਤੋਂ ਪਹਿਲਾਂ ਮੁਕੱਦਮਾ ਦਰਜ ਹੋਇਆ ਜੀ, ਉਹ ਲਾਸਟ ਇਹਦੇ 2023 'ਚ ਮੁਕੱਦਮਾ ਦਰਜ ਹੋਇਆ ਸੀ। ਇਹ ਲਗਾਤਾਰ ਹੀ ਜਿਹੜਾ ਉਸ ਟਾਈਮ ਤੋਂ 2002 ਤੋਂ ਲਗਾਤਾਰ ਸਮਗਲਿੰਗ ਕਰ ਰਿਹਾ ਜੀ। ਕਿੰਨੇ ਮੁਕੱਦਮੇ ਦਰਜ ਹੈ ਜੀ ਇਹਨਾਂ ਦੇ ਪਹਿਲਾਂ? ਇਹ 14 ਮੁਕੱਦਮੇ ਦਰਜ ਹੈ ਜੀ, ਇਹਦੇ ਵਿੱਚੋਂ 4 ਦੇ ਵਿੱਚ ਸਜ਼ਾ ਹੋ ਚੁੱਕਿਆ ਜੀ। ਰੀਸੈਂਟਲੀ ਵੀ ਸਜ਼ਾ ਹੋਈ ਹੈ? ਹਾਂਜੀ, ਹੁਣੇ ਇਹਨਾਂ ਨੂੰ ਇੱਕ ਸਜ਼ਾ ਹੋਈ ਹੈ ਮੁਕੱਦਮੇ ਦੇ ਵਿੱਚ ਜੀ, ਮੁਕੱਦਮਾ ਨੰਬਰ 28/21 ਹੈ। 30/10/23 ਨੂੰ ਤਾਜ਼ਾ ਹੁਣੇ ਸਜ਼ਾ ਹੋਈ ਹੈ, 10 ਸਾਲ ਕੈਦ, 1,00,000 ਰੁਪਏ ਜੁਰਮਾਨਾ ਜੀ। ਅਟੈਚ ਪ੍ਰੋਪਰਟੀ ਅਟੈਚ ਦੀ ਕਾਰਵਾਈ ਕੀਤੀ ਗਈ ਜੀ? ਜੀ ਹਾਂਜੀ, ਪ੍ਰੋਪਰਟੀ ਅਟੈਚਮੈਂਟ ਦੀ ਕਾਰਵਾਈ ਕੀਤੀ ਗਈ ਜੀ। ਇਸ ਤੋਂ ਅਗਲਾ ਕਦਮ ਕੀ ਹੋਏਗਾ? ਇਸ ਤੋਂ ਅਗਲਾ ਜੀ 45 ਦਿਨਾਂ ਬਾਅਦ ਜਿਹੜਾ ਇਹਨੂੰ ਫਰੀਜ਼ ਦੇ ਆਰਡਰ ਆਉਣਗੇ, ਉਹ 45 ਦਿਨ ਇਹਨਾਂ ਵਾਸਤੇ ਅਪੀਲ ਪਾਉਣ ਦਾ ਟਾਈਮ ਹੈ ਜੀ। ਸਰ ਕੀ ਅਪੀਲ ਕਰੋਗੇ ਹਜੇ ਵੀ ਜਿਹੜੇ ਨਸ਼ੇ ਦੇ ਸੌਦਾਗਰ ਹਜੇ ਵੀ ਜਿਹੜੇ ਨਸ਼ੇ ਨੂੰ ਕਾਰੋਬਾਰ ਕਰ ਰਹੇ? ਦੇਖੋ ਜੀ, ਪੁਲਿਸ ਜਿਹੜੀ ਹੈ ਨਸ਼ਿਆਂ ਦੇ ਖਾਤਮੇ ਵਾਸਤੇ ਬਹੁਤ ਤਤਪਰ ਹੈ, ਦਿਨ ਰਾਤ ਲੱਗੀ ਹੋਈ ਹੈ। ਲੋਕਾਂ ਤੋਂ ਅਸੀਂ ਸਹਿਯੋਗ ਮਿਲ ਵੀ ਰਿਹਾ, ਹੋਰ ਵੀ ਉਮੀਦ ਕਰਦੇ ਹਾਂ। ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਮੈਂ ਲਗਭਗ ਜੁਲਾਈ ਤੋਂ ਇੱਥੇ ਆਇਆ, ਅਤੇ ਪਹਿਲਾਂ ਇੱਥੇ ਕਾਫੀ ਨਸ਼ੇ ਜਿਹੜੇ ਚੂੜ ਚੱਕ ਪਿੰਡ ਦੇ ਵਿੱਚ ਵਿਖਦੇ ਸੀ, ਇਸ ਟਾਈਮ ਅੱਜ ਤੁਹਾਡੇ ਪਿੰਡ ਵਾਲੇ ਹੈਗੇ, ਤੁਸੀਂ ਆਪ ਬੈਠ ਲੈ ਸਕਦੇ ਹੋ। ਇਸ ਟਾਈਮ ਪਿੰਡ ਵਾਲੇ ਰਾਹਤ ਮਹਿਸੂਸ ਕਰਦੇ ਆ ਵੀ ਸ਼ੁਕਰ ਆ ਸਾਡੇ ਪਿੰਡ 'ਚੋਂ ਵੀ ਕਿਤੇ ਚਿੱਟਾ ਖਤਮ ਹੋਇਆ ਜੀ। ਮਤੇ ਕੀ ਨਾਮ ਹੈ ਤੁਹਾਡਾ? ਮੇਰਾ ਪਿਆਰ। ਮਤਾ ਜੀ, ਪੁਲਿਸ ਨੋਟਿਸ ਚਿਪਕਾ ਕੇ ਗਈ ਹੈ, ਕਹਿੰਦੀ ਪ੍ਰੋਪਰਟੀ ਡੀਜ ਕੀਤੀ ਹੈ ਤੁਹਾਡੀ। ਅੱਛਾ, ਫਿਰ ਮੈਂ 4-4 ਮਹੀਨਾ ਪਾ ਦੀ ਗਈ ਹਾਂ, ਅਤੇ ਨਾ ਖੇਤੀ 5 ਕਿੱਲੇ ਕਰਦੀ ਸੀ, ਠੇਕੇਦਾਰ ਦੀ ਮੈਂ ਪੜਾਈ ਕਰਦੀ ਸੀ, ਅਤੇ ਨਾਲ ਫਿਰ ਮੈਂ ਗੋਹੇ ਕੁੜੇ ਵੀ ਸਾਰੀ ਦਿਹਾੜੀਆਂ ਵੀ ਜਾਂਦੀ ਸੀ, ਅਤੇ ਮੇਰੀ ਕਮਾਈ ਘਰੇ ਹੀ ਆ। ਅਤੇ ਫਿਰ ਮੇਰੇ ਬੰਦੇ ਨੇ ਰਲ ਕੇ, ਮੈਂ 5 ਸਾਲ ਜੱਟਾਂ ਦੇ ਘਰੇ ਰਹੀ ਹਾਂ, ਅਤੇ ਜੱਟਾਂ ਨੇ ਫਿਰ ਮੈਨੂੰ ਥਾਂ ਲੈ ਕੇ ਦਿੱਤਾ, 15 ਮਰਲੇ ਅਤੇ 1500 ਸਾਰੀਆਂ। ਇਹਦੇ ਵਿੱਚ ਮੇਰੀ ਬਹੁਤ ਮਿਹਨਤ ਆ, ਮੇਰੇ ਘਰ ਵਾਲੇ ਦੀ ਬਹੁਤ ਕਮਾਈ ਆ, 90 ਸਾਲ ਦਾ ਮੇਰੇ ਘਰ ਆ, 80 ਸਾਲ ਦੀ ਮੈਂ ਆ। ਤੁਹਾਡੇ ਘਰ ਵਾਲੇ ਕੀ ਕਰਦੇ ਨੇ ਜੀ? ਘਰ ਵਾਲੇ ਮੇਰਾ ਖੇਤੀ ਕਰਦਾ ਸੀ, ਨਾਲ ਮੈਂ ਰਹਿੰਦਾ ਸੀ। ਉਹ ਪੈਰੀ ਫੱਜੀ ਪੈਰੀ ਸੀ, ਉਹ ਮੈਨੂੰ ਬੀਜ ਕੇ ਦਿੰਦਾ ਸੀ, ਪਾਣੀ ਮੈਂ ਆਪ ਦਿੰਦੀ ਸੀ, ਸਾਰਾ ਜਾਂਦਾ ਇਹ ਵੱਢਣ ਮੌਕੇ ਜਾਂਦਾ ਸੀ। ਮੁੰਡੇ ਕਿੰਨੇ ਤੁਹਾਡੇ? ਮੁੰਡੇ ਕਿੰਨੇ? ਹਾਂਜੀ, ਮੁੰਡੇ ਕਿੰਨੇ? ਮੁੰਡੇ ਮੇਰੇ 3। ਅਤੇ ਜਿਹੜਾ ਇੱਕ ਨਸ਼ੇ ਦਾ ਕਹਿ ਰਹੇ ਆ ਕਿ ਨਸ਼ੇ ਦੇ ਵਿੱਚ ਅੰਦਰ ਆ, ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਹੈ? ਇਹ ਉਹਨੇ ਕੰਮ ਨਹੀਂ ਨਸ਼ੇ ਦਾ ਕੰਮ ਕੀਤਾ, ਇਹ ਤਾਂ ਆ ਕੋਈ ਸਰਪੰਚ ਜੀ ਕੱਢ ਗਿਆ, ਕਿਸੇ ਨੂੰ ਜਿਤਾ ਤਾ, ਇਹ ਉਹਦੇ ਵਿੱਚ ਸਾਨੂੰ ਇਹ ਫਸਾ ਰਹੇ ਹੁਣ। ਅੱਜ ਪੁਲਿਸ ਨੇ ਨੋਟਿਸ ਲਗਾਇਆ, ਕਦ ਲਗਾਇਆ ਮਾਤਾ ਨੋਟਿਸ? ਸਰ ਕੋਈ ਨਹੀਂ, ਫਿਰ ਲਗਾਇਆ ਤਾਂ ਫਿਰ ਉਹਦੀ ਉਹਨਾਂ ਦੀ ਸਰਕਾਰ ਦੀ ਮਰਜ਼ੀ। ਤੁਸੀਂ ਹੁਣ ਕੀ ਅਪੀਲ ਕਰੋਗੇ ਅੱਗੇ? ਕਿਵੇਂ ਅਪੀਲ ਕਰੋਗੇ ਅੱਗੇ? ਹੋਰ ਫਿਰ ਹੁਣ ਕੀ ਕਰਾਂਗੇ, ਜਿਹੜਾ ਕੁਛ ਸਾਡੇ ਕੋਲ ਸੋਝੀ ਦਿੱਤੀ ਵਕੀਲ ਨੇ ਉਹ ਸੀ। ਮੁੰਡਾ ਕਰਦਾ ਹੀ ਨਸ਼ੇ ਦਾ ਕੰਮ ਕਹਿੰਦੇ? ਨਹੀਂ ਕਰਦਾ ਸੀ, ਨਹੀਂ ਕਰਦਾ ਸੀ, ਕੋਈ ਨੀ ਉਹਦਾ ਫਰਫਰ ਦੁਨੀਆਂ ਉਦੋਂ ਫਲਾਤਾ, ਅੱਜ ਕਿਸੇ ਦੇ ਘਰੇ ਜਾ ਤਾਂ ਵੀ ਫਲਾਤਾ।